ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਚੈਨਲ ਕਬੱਡੀ ਐਕਸਪ੍ਰੈਸ 'ਤੇ। ਹਾਂਜੀ ਦੋਸਤੋ, ਕੱਲ੍ਹ ਯਾਨੀ ਕਿ 18 ਅਗਸਤ 2020 ਨੂੰ ਪਟਿਆਲਾ ਜ਼ਿਲ੍ਹੇ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਲਾਲ ਘਨੌਰ, ਵਿੱਕੀ ਘਨੌਰ, ਪ੍ਰੀਤਮ ਪਹਿਲਵਾਨ ਸ਼ਮਸ਼ਪੁਰ ਅਤੇ ਕਬੱਡੀ ਕਮੈਂਟੇਟਰ ਅਮਰੀਕ ਘਮਾਣਾ ਵੀਰ ਨੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਕਬੱਡੀ ਖਿਡਾਰੀ ਅਤੇ ਰੈਫਰੀਆਂ ਨੂੰ ਇਕੱਠੇ ਕਰਕੇ ਕਰੋਨਾ ਦੀ ਬਿਮਾਰੀ ਕਾਰਨ ਬੰਦ ਪਏ ਟੂਰਨਾਮੈਂਟ ਸ਼ੁਰੂ ਕਰਵਾਉਣ ਲਈ DC ਦਫ਼ਤਰ ਪਟਿਆਲੇ ਵਿਖੇ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਸ਼ਾਮਲ ਹੋਏ ਹੋਰ ਖਿਡਾਰੀਆਂ ਵਿੱਚ ਟੈਂਕੂ ਘਨੌਰ, ਗੋਰਾ ਸਰਾਲਾ, ਜੱਗਾ ਘਣੀਵਾਲ, ਕੋਚ ਰਾਜ ਕਕਰਾਲਾ, ਰਾਮਦੀਆ ਦੇਵੀਗੜ੍ਹ ਛੰਨਾ, ਬਿੱਟੂ ਦੇਵੀਗੜ੍ਹ ਛੰਨਾ, ਰਣੀਆਂ ਦੇਵੀਗੜ੍ਹ ਛੰਨਾ, ਪਵਿੱਤਰ ਕੋਟਲੀ, ਮਣੀ ਘਨੌਰ, ਲਵੀ ਸਰਾਲਾ ਆਦਿ ਹਾਜ਼ਰ ਸਨ। SDM ਸਾਹਿਬ ਨੇ ਮੰਗ ਪੱਤਰ ਪ੍ਰਵਾਨ ਕਰਦਿਆਂ ਵਿਸ਼ਵਾਸ ਦਵਾਇਆ ਕਿ ਜਲਦ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਖੇਡ ਮੇਲੇ ਸ਼ੁਰੂ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਹਾਂਜੀ ਦੋਸਤੋ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ। ਜੇਕਰ ਤੁਸੀਂ ਹਾਲੇ ਤੱਕ ਆਪਣੇ ਚੈਨਲ ਕਬੱਡੀ ਐਕਸਪ੍ਰੈਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਹਰ ਆਉਣ ਵਾਲੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ।